550 से प्रकाश पर्व को लेकर एसजीपीसी और पंजाब सरकार की ओर तालमेल कमेटी का गठन किया था लेकिन पंजाब सरकार की ओर से प्रकाश पर्व को लेकर बैठक में पंजाब सरकार की ओर से कोई भी कैबिनेट मंत्री नहीं पहुंचे जिसको लेकर एसजीपीसी प्रधान गोविंद सिंह लोंगोवाल ने मीडिया से बातचीत करते हुए कहा कि 17 सितंबर को एक बार फिर से बैठक होगी जिसमें प्रकाश पर्व को लेकर कई अहम मुद्दों पर चर्चा होगी ਜਿਸ ਕੋ ਲੈ ਕੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਨੇ ਸਰਕਾਰ سے اپیل کی بیٹھک میں شامل ہوں۔ ਰਾਮ ਦਿਤੀਆ ਨੇ ਵੱਖ-ਵੱਖ ਜੋ ਸਮਾਗਮ ਕਰਵਾਏ ਜਾਣੇ ਨੇ ਉਹ ਉਹਦੇ ਵੀ ਸਾਈ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਸੋ ਇਹਦੇ ਲਈ ਅਸੀਂ ਜੋ શ્રી ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਨੇ ਆਦੇਸ਼ ਦਿੱਤਾ ਕਿ ਸਾਰੇ ਆਪਾਂ ਰਲ ਮਿਲ ਕੇ ਇਹ ਮਨਾਉਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਕਿ ਉਹ ਸਾਰਿਆਂ ਨੂੰ ਸੱਦਾ ਪੱਤਰ ਭੇਜੇ ਔਰ ਸੁਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਟੇਜ ਦੇ ਉੱਤੇ ਹੀ ਸਾਰੇ ਆ ਕੇ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਜਿਹੜਾ ਪ੍ਰਭਾ ਇਹ ਆਪਾਂ ਸਾਰੇ ਮਨਾਈਏ ਲੇਟੈਸਟ ਅਪਡੇਟਸ ਕੇ ਲਿਏ ਦਬਾਣਾ ਨਾ ਭੁੱਲੇ ਬੈਲ ਆਈਕਨ ਔਰ ਸਬਸਕ੍ਰਾਈਬ ਕਰੇ ਹਮਾਰਾ YouTube ਚੈਨਲ